ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਰੂਨ ਚੋਪੜਾ ਇਸ ਵੇਲੇ ਦੀ ਅਹਿਮ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਫਿਲਹਾਲ ਅਸੀਂ ਇਸ ਵੇਲੇ ਪਰਵਾਣਾ ਪਿੰਡ ਸੁਲਤਾਨਪੁਰ ਲੋਧੀ ਜਾਂ ਕਪੂਰਥਲੇ ਦਾ ਆਖਰੀ ਪਿੰਡ ਕਿਹਾ ਜਾ ਸਕਦਾ ਹੈ ਆਖਰੀ ਪਿੰਡ ਹੈ ਜਿਸ ਦੇ ਹਾਲਾਤ ਵਿਖਾਉਣੇ ਹੈ ਘਰ ਦੇ ਅੰਦਰਲੇ ਹਾਲਾਤ ਦਿਖਾਉਣੇ ਹੈ ਮੇਰੇ ਨਾਲ ਘਰ ਦੇ ਮੁਖੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪਰ ਪਹਿਲਾਂ ਦਿਖਾ ਦਈਏ ਇਹ ਘਰ ਦਾ ਗੇਟ ਹੈ ਬਾਹਰ ਸਿਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਜਿੱਥੇ ਗਲੀ ਸੀ ਉਹ ਗਲੀ ਦੇ ਵਿੱਚ ਹੁਣ ਕਹਿ ਸਕਦੇ ਹੋ ਕਿ ਸਿਰਫ ਪਾਣੀ ਹੈ ਰਸਤਾ ਸੀ ਬੰਦ ਹੋ ਚੁੱਕਿਆ ਸਿਰਫ ਪਾਣੀ ਦਾ ਹੀ ਵਹਾਅ ਹੈ ਜੋ ਦਰਿਆ ਬੰਨ ਟੂ ਸੀਵਨ ਟੁੱਟਣ ਦੇ ਨਾਲ ਇੱਥੇ ਸਤਲੁਜ ਦਾ ਪਾਣੀ ਭਰਿਆ ਫਿਲਹਾਲ ਇਸ ਇਲਾਕੇ ਦੇ ਵਿੱਚ ਪਾਣੀ ਭਰ ਜਾਣ ਦੇ ਨਾਲ ਬਹੁਤ ਹੀ ਘਰ ਜੋ ਨੁਕਸਾਨੇ ਗਏ ਨੇ ਜਿਨ੍ਹਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਇਸ ਘਰ ਦੀਆਂ ਵੀ ਨੀਹਾਂ ਨੂੰ ਪਾਣੀ ਲੱਗ ਗਿਆ ਨੀਹਾਂ ਦੇ ਵਿੱਚ ਪਾਣੀ ਭਰ ਗਿਆ ਜਿਸ ਦੇ ਕਾਰਨ ਪੂਰੇ ਘਰ ਦੇ ਅੰਦਰ ਤ੍ਰਿੜਾਂ ਆ ਚੁੱਕੀਆਂ ਨੇ ਤੁਸੀਂ ਵੇਖ ਸਕਦੇ ਹੋ ਮੇਰੇ ਪਿੱਛੇ ਕਮਰਾ ਹੈ ਇਸ ਕਮਰੇ ਦੇ ਵਿੱਚ ਪੂਰਾ ਫਰਨੀਚਰ ਮੌਜੂਦ ਸੀ ਜੋ ਇਸ ਵੇਲੇ ਗੁਰੂ ਘਰ ਰੱਖਣਾ ਪਿਆ ਗੁਰੂ ਘਰ ਦੀ ਸ਼ਰਨ ਲਈ ਹੋਈ ਹੈ ਇਸ ਪਰਿਵਾਰ ਨੇ ਪੂਰੇ ਦੇ ਪੂਰੇ ਪਰਿਵਾਰਕ ਮੈਂਬਰ ਇਸ ਵੇਲੇ ਗੁਰੂ ਘਰ 'ਚ ਰਹਿਣ ਨੂੰ ਮਜਬੂਰ ਨੇ ਕਿਉਂਕਿ ਘਰਾਂ ਦੀਆਂ ਨੀਹਾਂ ਨੂੰ ਪਾਣੀ ਪੈ ਚੁੱਕਿਆ ਹੈ ਅਤੇ ਖਤਰਾ ਇਸ ਘਰ 'ਤੇ ਮੰਡਰਾ ਰਿਹਾ ਹੈ ਫਿਲਹਾਲ ਇਸ ਬਾਰੇ ਅਸੀਂ ਗੱਲਬਾਤ ਕਰ ਲੈਂਦੇ ਹਾਂ ਮੇਰੇ ਨਾਲ ਇਸ ਪਰਿਵਾਰ ਦੇ ਮੁਖੀ ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਹਾਲਾਤ ਹੋਏ ਨੇ ਫਿਲਹਾਲ ਜੋ ਪਿੰਡ ਦੇ ਵਿੱਚ ਇਸ ਵੇਲੇ ਪਾਣੀ ਭਰਿਆ ਹੋਇਆ ਭਰਵਾਣਾ ਦੇ ਵਿੱਚ ਕੀ ਹਾਲਾਤ ਨੇ ਕੀ ਪਿੰਡ ਦੇ ਤੁਹਾਡੇ ਘਰ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੋਇਆ 100% ਹੀ ਸਾਡਾ ਨੁਕਸਾਨ ਹੋ ਚੁੱਕਾ ਬਹੁਤ ਮੰਦੇ ਹਾਲ ਨੇ ਪਾਣੀ ਉਤਰਨਾ ਸ਼ੁਰੂ ਹੋ ਗਿਆ ਰਾਣਾ ਸਾਹਿਬ ਨੇ ਬੰਨ ਵੜਾਇਆ ਸੀ ਉਹਦੇ ਹੁਣ ਬੰਨ ਬੰਨਣ ਨਾਲ ਬਿਆਸ ਦਰਿਆ ਉੱਪਰ ਹੋ ਗਿਆ ਅਤੇ ਉਹ ਡਾਪ ਲੱਗਣ ਲੱਗ ਗਿਆ ਪਾਣੀ ਸਾਡਾ ਫਿਰ ਚੜ੍ਹਨਾ ਸ਼ੁਰੂ ਹੋ ਗਿਆ ਅਤੇ ਇੱਥੇ ਜਿਹੜਾ ਪਾਣੀ ਆਇਆ ਸਤਲੁਜ ਦਾ ਆਇਆ ਕਿ ਬਿਆਸ ਦਾ ਆਇਆ ਜੀ ਸਤਲੁਜ ਦਾ ਆਇਆ ਹੁਣ ਮਾਂਡ ਦੇ ਏਰੀਏ ਦੇ ਵਿੱਚ ਬਿਆਸ ਮਾਰ ਕਰ ਰਿਹਾ ਜੀ ਹੁਣ ਮਾਂਡ 'ਚ ਬਿਆਸ ਵੀ ਮਾਰ ਕਰ ਰਿਹਾ ਜਿਹਦੇ ਕਰਕੇ ਇਸ ਪਿੰਡ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ ਦੋਹਰੀ ਮਾਰ ਝੱਲਣੀ ਵੀ ਕੋਈ ਪਾਣੀ ਜਾ ਕੇ ਬਿਆਸ ਦਰਿਆ ਦੇ ਵਿੱਚ ਪੈਂਦੇ ਬਾਬੇ ਸਿੱਚ ਵਾਲੀ ਬਈ 'ਚ ਉਹੀ ਇੱਧਰ ਵਾਪਸ ਆ ਰਿਹਾ ਹੁਣ ਤੁਹਾਡੇ ਘਰ ਨੂੰ ਇਸ ਵੇਲੇ ਦੇਖਿਆ ਬਹੁਤੇ ਕਮਰੇ ਜਿਹੜੇ ਘਰ ਦੇ ਤੁਹਾਡੇ ਦੇਖੇ ਆ ਸਾਰੇ ਨੀਹਾਂ ਨੂੰ ਪਾਣੀ ਪੈ ਗਿਆ ਅੰਦਰ ਪਾਣੀ ਅੰਦਰ ਦੇ ਘਰ ਨੀਹਾਂ ਤੋਂ ਅੰਦਰ ਆਉਣ ਲੱਗ ਪਿਆ ਘਰਾਂ ਦੇ ਵਿੱਚ ਇਹ ਸਾਰੇ ਨੀਹਾਂ ਸਾਰੇ ਕੰਧਾਂ ਢਈਆਂ ਪਈਆਂ ਸਾਰਾ ਕੋਈ ਨੁਕਸਾਨ ਹੋਇਆ ਕਈਆਂ ਦੇ ਸਮਾਨ ਵੀ ਕਾਫੀ ਨੁਕਸਾਨੇ ਗਏ ਜੀ ਇੱਕ ਸਾਨੂੰ ਦੋਹਰੀ ਮਾਰ ਇਹ ਪੈ ਰਹੀ ਹੈ ਸਾਡੇ ਹੁਣ ਝੋਨੇ ਲਾਉਣ ਦੇ ਉੱਪਰਲੇ ਜਿਹੜੀ ਉੱਚੀਆਂ ਥਾਵਾਂ ਦੇ ਆ ਉਹ ਲੇਬਰ 7000 ਰੁਪਏ ਮੰਗ ਰਹੀ ਹੈ ਦੱਸੋ ਜ਼ਿਮੀਂਦਾਰ ਕੋਲ ਕਿੰਨਾ ਜ਼ਿਆਦਾ ਪੈਸਾ ਇੰਨਾ ਹੀ ਆ ਗਿਆ ਜਿਹੜਾ ਦੋਹਰੀ ਲੇਬਰ ਦੇਣੀ ਪੈ ਰਹੀ ਸਾਰੇ ਖਰਚੇ ਹੋ ਗਏ ਸੀ ਅਤੇ ਦੋਹਰੀ ਮਾਰ ਨੂੰ ਪੈ ਰਹੀ ਲੇਬਰ ਦੀ ਹਾਲੇ ਤਾਂ ਝੋਨਾ ਲੱਗਣ ਨੂੰ ਵੈਸੇ ਪਾਣੀ ਵੀ ਬਹੁਤ ਜ਼ਿਆਦਾ ਖੜਾ ਹੈ ਹਾਲਾਤ ਤੁਹਾਡੇ ਇੱਦਾਂ ਦੇ ਬਣੇ ਹੋਏ ਨੇ ਪਰ ਫਿਲਹਾਲ ਦੱਸ ਦਈਏ ਕਿ ਤੁਸੀਂ ਦੱਸ ਰਹੇ ਸੀ ਕਿ ਪਰਿਵਾਰਕ ਮੈਂਬਰ ਤੁਹਾਡੇ ਗੁਰੂ ਘਰ ਬੈਠੇ ਨੇ ਉਹਨਾਂ ਦੇ ਗੁਰੂ ਘਰ ਦੀ ਸ਼ਰਨ ਲੈਣੀ ਪਈ ਹਾਂਜੀ ਗੁਰੂ ਘਰ ਸਾਰਾ ਪਰਿਵਾਰ ਹੀ ਹੈ ਕੋ ਮਾਲ ਡੰਗਰ ਜਿਹੜਾ ਜੀ ਉਹ ਰਿਸ਼ਤੇਦਾਰਾਂ ਦੇ ਭੇਜੇ ਆ ਅਜੇ ਕੋਈ ਵੀ ਤੂੜੀ ਚਾਰੇ ਦਾ ਵੀ ਸਾਧਨ ਨਿਆੜ ਨਹੀਂ ਗਾ ਨਾ ਹੀ ਸਾਡੇ ਡੇਰਿਆਂ ਨੂੰ ਅਜੇ ਕੋਈ ਰਸਤਾ ਜਾ ਰਿਹਾ ਕੋਈ ਪਾਣੀ ਹੈ ਬਹੁਤ ਜ਼ਿਆਦਾ ਜੀ ਡੇਰੇ 'ਚ ਪਾਣੀ ਡੁੱਬ ਚੁੱਕੇ ਹਾਂਜੀ ਬੋਰੇ ਡੁੱਬ ਚੁੱਕੇ ਅਤੇ ਘਰ ਦੇ ਜੀਆਂ ਨੂੰ ਹੁਣ ਗੁਰੂ ਘਰ 'ਚ ਸ਼ਰਨ ਲੈਣੀ ਪਈ ਹੈ ਘਰ ਦੀ ਇੰਨੀਆਂ ਖੋਖਲੀਆਂ ਹੋ ਚੁੱਕੀਆਂ ਨੇ ਕਿੱਦਾਂ ਦੇ ਹਾਲਾਤਾਂ ਨੂੰ ਵੇਖਦੇ ਬਹੁਤ ਮੰਦਾ ਹਾਲ ਹੈ ਹੁਣ ਤਾਂ ਇੰਨਾ ਮੰਦਾ ਹਾਲ ਹੈ ਇੱਥੇ ਕਮਰਿਆਂ ਦੇ ਵਿੱਚ ਆਉਣ ਨੂੰ ਜੀਵ ਨਹੀਂ ਕਰਦਾ ਜੀ ਅਤੇ ਤੂੜੀ ਭਰ ਗਈ ਕਮਰਿਆਂ ਵਿੱਚ ਸਾਰੀਆਂ ਨੀਹਾਂ ਨੂਹੀਆਂ ਸਾਰਾ ਖਰਾਬ ਹੋ ਚੁੱਕੀਆਂ ਅਤੇ ਹੁਣ ਸਾਨੂੰ ਡਰ ਵੀ ਲੱਗ ਰਿਹਾ ਵੀ ਕਮਰੇ ਕਿਤੇ ਨੁਕਸਾਨੇ ਨਾ ਜਾਣ ਸਾਡੇ ਪਰਿਵਾਰ ਦੇ ਨੁਕਸਾਨ ਨਾ ਹੋਵੇ ਯਾਨੀ ਕਿ ਪਾਣੀ ਉਤਰਨ 'ਤੇ ਹੀ ਪਤਾ ਲੱਗੂਗਾ ਸਹੀ ਹਾਲਾਤ ਕੀ ਅਜੇ ਤਾਂ ਕੋਈ ਉਮੀਦ ਨਹੀਂ ਹੈ ਜੀ ਅਜੇ ਤਾਂ ਕੋਈ ਅਸੀਂ ਰਹਿ ਨਹੀਂ ਰਹੇ ਬਸ ਤਾਂ ਬਿਲਕੁਲ ਕਿਹਾ ਜਾ ਸਕਦਾ ਕਿ ਪਾਣੀ ਇਸ ਕਦਰ ਭਰਿਆ ਹੋਇਆ ਘਰ ਨੁਕਸਾਨਿਆ ਜਾ ਰਿਹਾ ਪਾਣੀ ਉਤਰਨ ਤੋਂ ਬਾਅਦ ਸਹੀ ਹਾਲਾਤਾਂ ਦਾ ਪਤਾ ਲੱਗ ਪਾਏਗਾ ਪਰ ਘਰ ਦੇ ਬਾਹਰ ਦੇ ਹਾਲਾਤ ਇਸ ਵੇਲੇ ਬਹੁਤ ਚਿੰਤਾਜਨਕ ਬਣੇ ਹੋਏ ਨੇ ਇਸ ਦੇ ਨਾਲ ਮੈਨੂੰ ਤੋਂ ਜਾ ਕੇ ਥੋੜ੍ਹਾ ਅਪਡੇਟ ਲਈ ਵੇਖਦੇ ਰਹੋ ਜਗਬਾਣੀ ਟੀਵੀ